ਸੋ ਕੈਨੇਡਾ ਤੋਂ ਬੜੀ ਵੱਡੀ ਪੱਧਰ ਤੇ ਰਿਫਿਊਜ਼ਲ ਬੱਚੀ ਦੇ ਆਈ ਪਿਛਲੇ ਨਵੰਬਰ ਦਸੰਬਰ ਜਨਵਰੀ ਦੇ ਵਿੱਚ। ਦੋਸਤੋ ਕੈਨੇਡਾ 'ਚ ਤੁਸੀਂ ਪੜ੍ਹਨ ਜਾਣਾ ਚਾਹੁੰਦੇ ਹੋ, ਬਾਰਵੀਂ ਕੀਤੀ ਹੈ ਜਾਂ ਗ੍ਰੈਜੂਏਸ਼ਨ ਕੀਤੀ ਹੈ, ਆਇਲਟਸ ਤੁਹਾਡੇ 6 ਬੈਂਡ ਈਚ ਹੈ। ਅੱਜ ਆਰ ਐਸ ਗੋਬਲ ਕੋਈ ਤੁਹਾਡੇ ਨਾਲ ਪੈਕੇਜ ਪ੍ਰਮੋਟ ਨਹੀਂ ਕਰ ਰਿਹਾ ਇਸ ਮੰਚ ਤੇ, ਤੁਸੀਂ ਆਪਣੀ ਕਾਲਜ ਦੀ ਫੀਸ ਦੇਣੀ, ਵੀਜ਼ਾ ਲੱਗਣ ਤੋਂ ਬਾਅਦ ਆਰ ਐਸ ਗੋਬਲ ਤੁਹਾਡੀ ਮਦਦ ਕਰੇਗਾ ਤੁਹਾਨੂੰ ਕੈਨੇਡਾ ਪੜ੍ਹਨ ਜਾਣ ਦੇ ਵਿੱਚ। ਪੰਜਾਬੀ 'ਚ ਇੱਕ ਕਹਾਵਤ ਆ ਦੋਸਤੋ, ਕਹਿੰਦੇ ਹੱਸਦਿਆਂ ਦੇ ਘਰ ਵੱਸਦੇ। ਸੋ ਕਿਵੇਂ ਹੱਸਦਿਆਂ ਦੇ ਘਰ ਵੱਸ ਸਕਦੇ ਨੇ ਇਸ ਵੀਡੀਓ ਰਾਹੀਂ ਪਤਾ ਲੱਗ ਜਾਏਗਾ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਮੈਂ ਤੁਹਾਡਾ ਆਪਣਾ ਸੁਖਚੈਨ ਰਾਹੀਂ ਆਰ ਐਸ ਗਲੋਬਲ ਇਮੀਗ੍ਰੇਸ਼ਨ ਦੇ ਇਸ ਯੂਟਿਊਬ ਦੇ ਮਾਧਿਅਮ ਰਾਹੀਂ ਹਸਾਉਣ ਦੀ ਕੋਸ਼ਿਸ਼ ਕਰਾਂਗਾ ਤਾਂ ਕਿ ਲੋਕਾਂ ਦੇ ਘਰ ਵੱਸ ਸਕਣ। ਸਪੈਸ਼ਲ ਵੀਡੀਓ ਉਹਨਾਂ ਬੱਚਿਆਂ ਦੀ ਜਿਹੜੇ ਕੈਨੇਡਾ ਤੋਂ ਰਿਫਿਊਜ਼ ਹੋ ਚੁੱਕੇ ਨੇ, ਦੁਬਾਰਾ ਕੈਨੇਡਾ ਜਾਣ ਦੀ ਉਮੀਦ ਗਵਾ ਚੁੱਕੇ ਨੇ, ਉਹਨਾਂ ਦੇ ਲਈ ਇਹ ਵੀਡੀਓ ਇੱਕ ਕਾਰਗਰ ਸਾਬਤ ਹੋ ਸਕਦੀ ਹੈ। ਅਖੀਰ ਤੱਕ ਵੇਖਿਓ, ਸਾਡਾ ਚੈਨਲ ਸਬਸਕ੍ਰਾਈਬ ਕਰਨਾ ਭੁੱਲਣਾ, ਬੈਲ ਵਾਲੇ ਬਟਨ ਨੂੰ ਔਨ ਕਰਕੇ ਨੋਟੀਫਿਕੇਸ਼ਨ ਔਨ ਕਰਿਓ ਤਾਂ ਕਿ ਹਰ ਇੱਕ ਤਰ੍ਹਾਂ ਦੀ ਵਡਮੁੱਲੀ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਕਰ ਸਕੀਏ। ਸੋ ਕੈਨੇਡਾ ਤੋਂ ਬੜੀ ਵੱਡੀ ਪੱਧਰ 'ਤੇ ਰਿਫਿਊਜ਼ਲ ਬੱਚੀ ਦੇ ਆਈ ਪਿਛਲੇ ਨਵੰਬਰ ਦਸੰਬਰ ਜਨਵਰੀ ਦੇ ਵਿੱਚ। ਫਰਵਰੀ ਤੋਂ ਬਾਅਦ ਫਿਰ ਕੁਝ ਪੋਜ਼ਿਟਿਵ ਰਿਜ਼ਲਟ ਦਾ ਹੁੰਗਾਰਾ ਸ਼ੁਰੂ ਹੋਇਆ। ਦੋਸਤੋ ਕੈਨੇਡਾ 'ਚ ਤੁਸੀਂ ਪੜ੍ਹਨ ਜਾਣਾ ਚਾਹੁੰਦੇ ਹੋ, ਬਾਰਵੀਂ ਕੀਤੀ ਹੈ ਜਾਂ ਗ੍ਰੈਜੂਏਸ਼ਨ ਕੀਤੀ ਹੈ, ਆਇਲਟਸ ਤੁਹਾਡੇ 6 ਬੈਂਡ ਈਚ ਹੈ, 1, 2, 3, 4, 5 ਵਾਰ ਰਿਫਿਊਜ਼ ਆ, ਤਾਂ ਵੀ ਵਾਅਦਾ ਕਰਦਾ ਕੈਨੇਡਾ ਦਾ ਵੀਜ਼ਾ ਲਵਾਇਆ ਜਾਏਗਾ 100% ਸਫਲਤਾ ਦਰ ਦੇ ਨਾਲ, ਘਬਰਾਉਣ ਦੀ ਲੋੜ ਨਹੀਂ। ਉਹ ਤੁਹਾਡੇ ਪੇਰੈਂਟਸ ਤੁਹਾਡੇ 'ਤੇ ਅੱਜ ਪੈਸਾ ਖਰਚਣ ਨੂੰ ਤਿਆਰ ਨਹੀਂ, ਕਿਉਂਕਿ ਪਹਿਲਾਂ ਇੰਨੀਆਂ ਰਿਫਿਊਜ਼ਲਾਂ ਝੱਲ ਕੇ ਤਕਰੀਬਨ ਲੱਖਾਂ ਰੁਪਏ ਖਰਾਬ ਕਰ ਚੁੱਕੇ ਆ। ਅੱਜ ਆਰ ਐਸ ਗੋਬਲ ਕੋਈ ਤੁਹਾਡੇ ਨਾਲ ਪੈਕੇਜ ਪ੍ਰਮੋਟ ਨਹੀਂ ਕਰ ਰਿਹਾ ਇਸ ਮੰਚ 'ਤੇ, ਮੈਂ ਇਸ ਮੰਚ 'ਤੇ ਬੈਠ ਕੇ ਕੋਈ ਪੈਕੇਜ ਪ੍ਰਮੋਟ ਨਹੀਂ ਕਰ ਰਿਹਾ। ਤੁਸੀਂ ਆਪਣੀ ਕਾਲਜ ਦੀ ਫੀਸ ਦੇਣੀ, ਵੀਜ਼ਾ ਲੱਗਣ ਤੋਂ ਬਾਅਦ ਆਰ ਐਸ ਗੋਬਲ ਤੁਹਾਡੀ ਮਦਦ ਕਰੇਗਾ ਤੁਹਾਨੂੰ ਕੈਨੇਡਾ ਪੜ੍ਹਨ ਜਾਣ ਦੇ ਵਿੱਚ। ਪਹਿਲਾਂ ਨਿੱਕਾ ਪੈਸਾ ਨਹੀਂ ਲੈਣਾ, ਕੋਈ ਪ੍ਰੋਸੈਸਿੰਗ ਫੀਸ ਨਹੀਂ ਲੈਣੀ, ਕੋਈ ਕਾਲਜ ਦੀ ਫੀਸ ਨਹੀਂ ਲੈਣੀ, ਅਤੇ ਨਾ ਹੀ ਪੈਕੇਜ ਪ੍ਰਮੋਟ ਵੀ ਨਹੀਂ ਕਰਨਾ। ਇਹ ਨਹੀਂ ਕਹਿ ਰਿਹਾ ਮੈਂ ਕਿ ਪੈਸੇ ਬਾਅਦ 'ਚ ਲਵਾਂਗੇ ਅਤੇ 5-10 ਲੱਖ ਰੁਪਏ ਵੱਧ ਲਵਾਂਗੇ, ਬਿਲਕੁਲ ਨਹੀਂ ਕਹਿ ਰਿਹਾ। ਨਾ ਆਪਣੀ ਕੋਈ ਕੰਪਨੀ ਦੀ ਫੀਸ, ਨਾ ਕੋਈ ਆਫਰ ਲੈਟਰ ਦੀ ਫੀਸ, ਨਾ ਕੋਈ ਕਾਲਜ ਦੀ ਫੀਸ। ਤੁਸੀਂ ਆਲਰੇਡੀ ਰਿਫਿਊਜ਼ ਹੋ ਚੁੱਕੇ ਹੋ, ਤੁਹਾਡਾ GAC ਪੇਡ ਹੈ ਉਹੀ ਚੱਲ ਪਏਗਾ, ਤੁਹਾਡਾ ਮੈਡੀਕਲ ਹੋਇਆ ਉਹੀ ਚੱਲ ਪਏਗਾ, ਬਾਇਓਮੈਟ੍ਰਿਕ ਦੇ $85 ਭਰੇ ਆ ਉਹੀ ਚੱਲ ਪੈਣਗੇ। ਪੇ ਕੀ ਕਰਨਾ, ਕੇਵਲ ਆਪਦੀ ਐਮਬੈਸੀ ਫੀਸ ਪੇ ਕਰਨੀ ਹੈ, ਕੇਵਲ ਆਪਦੀ ਐਮਬੈਸੀ ਫੀਸ ਪੇ ਕਰਨੀ ਹੈ, ਕਾਲਜ ਦੀ ਫੀਸ ਪੇ ਕਰਨੀ ਵੀਜ਼ਾ ਲੱਗਣ ਤੋਂ ਬਾਅਦ, ਕੋਈ 5-7 ਲੱਖ ਰੁਪਏ ਵੱਧ ਦੇਣ ਦੀ ਲੋੜ ਨਹੀਂ। ਤਕਰੀਬਨ 10 ਤੋਂ ਉੱਪਰ ਇਹੋ ਜਿਹੇ ਕਾਲਜ ਦੀ ਆਪਸ਼ਨ ਆ, ਚਾਹੇ ਟੋਰੋਂਟੋ ਪੜ੍ਹਨ ਜਾਣਾ, ਚਾਹੇ ਵੈਨਕੂਵਰ ਜਾਣਾ, ਚਾਹੇ ਮਿਸੀਸਾਗਾ ਜਾਣਾ, ਚਾਹੇ ਬ੍ਰੈਂਪਟਨ ਜਾਣਾ, ਚਾਹੇ ਅਲਬਰਟਾ ਪੜ੍ਹਨ ਜਾਣਾ, ਜਾਂ ਫਿਰ ਕਿਸੇ ਵੀ ਪ੍ਰੋਵਿੰਸ ਪੜ੍ਹਨ ਜਾਣਾ। ਤਕਰੀਬਨ 12-15 ਇਹੋ ਜਿਹੇ ਕਾਲਜਸ ਨੇ ਜਿਨ੍ਹਾਂ 'ਚ ਵਰਕ ਪਰਮਿਟ ਵੀ ਅਵੇਲੇਬਲ ਆ। ਆਮ ਨੋਟ ਟਾਕਿੰਗ ਅਬਾਊਟ ਦੋਜ ਕਾਲਜਸ ਜਿਹਦੇ 'ਚ ਬੱਚੇ ਨੂੰ ਪੜ੍ਹ ਕੇ PGWP ਨਹੀਂ ਮਿਲਣਾ, ਜਾਣੀ ਕਿ ਪੋਸਟ ਗ੍ਰੈਜੂਏਟ ਵਰਕ ਪਰਮਿਟ ਨਹੀਂ ਮਿਲਣਾ, ਮੈਂ ਉਹਨਾਂ ਦੀ ਗੱਲ ਬਿਲਕੁਲ ਨਹੀਂ ਕਰ ਰਿਹਾ। ਉਹਨਾਂ ਸਾਰੇ ਕਾਲਜਸ ਦੀ ਗੱਲ ਕਰ ਰਿਹਾ ਜਿੱਥੇ ਬੱਚਾ ਬਿਜ਼ਨਸ ਦਾ ਡਿਪਲੋਮਾ ਕਰਨ ਜਾਵੇ, IT ਦਾ ਪੜ੍ਹਨ ਜਾਵੇ, ਕੁੱਕਰੀ ਪੜ੍ਹਨ ਜਾਵੇ, ਹੌਸਪਿਟੈਲਿਟੀ ਪੜ੍ਹਨ ਜਾਵੇ, ਪ੍ਰੋਜੈਕਟ ਮੈਨੇਜਮੈਂਟ ਪੜ੍ਹਨ ਜਾਵੇ, ਕਿਸੇ ਵੀ ਤਰ੍ਹਾਂ ਦਾ ਕੋਈ ਡਿਪਲੋਮਾ, ਐਡਵਾਂਸ ਡਿਪਲੋਮਾ, PG ਡਿਪਲੋਮਾ ਕਰਨ ਜਾਣਾ ਚਾਹੁੰਦੇ ਹੋ, ਕੋਈ ਕਾਲਜ ਦੀ ਫੀਸ ਪੇ ਕਰਨ ਦੀ ਲੋੜ ਨਹੀਂ। ਤੁਸੀਂ ਆਰ ਐਸ ਗੋਬਲ ਦੀ ਨੇੜਲੀ ਬ੍ਰਾਂਚ ਜਲੰਧਰ, ਮੋਹਾਲੀ, ਅੰਮ੍ਰਿਤਸਰ ਵਿੱਚ ਕਿਸੇ ਵੀ ਬ੍ਰਾਂਚ 'ਚ ਜਾ ਕੇ ਮੇਰੀ ਟੀਮ ਨਾਲ ਮਿਲਦੇ ਹੋ, ਆਪਣੇ ਡਾਕੂਮੈਂਟ ਦਿਖਾਉਂਦੇ ਹੋ, ਆਪਣੀ ਪੁਰਾਣੀ ਫਾਈਲ ਦੀ ਕਾਪੀ ਜ਼ਰੂਰ ਲੈ ਕੇ ਆਓ। ਇੱਕੋ ਸ਼ਰਤ ਆ ਸਾਡੀ, ਆਇਲਟਸ ਅਗਰ 6 ਬੈਂਡ ਈਚ ਹੈ ਤਾਂ ਕੋਈ ਨਿੱਕਾ ਰੁਪਈਆ ਪੇ ਕਰਨ ਦੀ ਲੋੜ ਨਹੀਂ, ਕੋਈ 5-7 ਹਜ਼ਾਰ ਰੁਪਏ ਕੰਪਨੀ ਦੀ ਪ੍ਰੋਸੈਸਿੰਗ ਫੀਸ ਦੇਣ ਦੀ ਲੋੜ ਨਹੀਂ, ਕੋਈ $100-200 ਕਾਲਜ ਦੀ ਆਫਰ ਲੈਟਰ ਦੀ ਫੀਸ ਦੇਣ ਦੀ ਲੋੜ ਨਹੀਂ। ਯੈਸ, ਕਿਸੇ ਕਾਲਜ ਦੀ ਲੈਟਰ ਆਫ ਐਕਸੈਪਟੈਂਸ ਦੀ ਥੋੜ੍ਹੀ ਬਹੁਤੀ ਫੀਸ ਜ਼ਰੂਰ ਪੇ ਕਰਨੀ ਪੈ ਸਕਦੀ ਹੈ, ਜੋ ਕਿ ਲੱਖਾਂ ਰੁਪਏ 'ਚ ਨਹੀਂ ਹੋਏਗੀ। ਕੁਛ ਚੰਦ ਡਾਲਰ ਕਾਲਜ ਦੀ LO ਦੀ ਫੀਸ ਪੇ ਕਰਕੇ ਤੁਸੀਂ ਵੀਜ਼ਾ ਅਪਲਾਈ ਕਰਨਾ, ਤੁਸੀਂ ਵੀਜ਼ਾ ਲੱਗਣ ਤੋਂ ਬਾਅਦ ਕਾਲਜ ਦੀ ਫੀਸ ਆਪਣੀ ਪੇ ਕਰਨੀ ਹੈ, ਕੋਈ 10-15 ਲੱਖ ਰੁਪਏ ਦਾ ਪੈਕੇਜ ਕਰਨ ਦੀ ਲੋੜ ਨਹੀਂ। ਆਰ ਐਸ ਗੋਬਲ ਅੱਜ ਉਹਨਾਂ ਨਿਰਾਸ਼ ਹੋਏ ਬੱਚਿਆਂ ਦੇ ਲਈ ਇਹ ਵੀਡੀਓ ਬਣਾ ਰਿਹਾ। ਤੁਸੀਂ ਪੰਜਾਬ, ਹਰਿਆਣਾ, ਹਿਮਾਚਲ ਦੇ ਕਿਸੇ ਵੀ ਸੂਬੇ 'ਚ ਬੈਠੇ ਹੋ, ਕੈਨੇਡਾ ਤੋਂ ਰਿਫਿਊਜ਼ ਹੋ ਚੁੱਕੇ ਹੋ, ਤੁਹਾਡੇ ਨੰਬਰ 50% ਹੈ, ਆਇਲਟਸ ਵਿੱਚੋਂ 6 ਬੈਂਡ ਈਚ ਹੈ, ਲਿਸਨਿੰਗ, ਰਾਈਟਿੰਗ, ਸਪੀਕਿੰਗ ਅਤੇ ਰੀਡਿੰਗ, ਇਹਨਾਂ ਚਾਰੇ ਮੋਡਿਊਲ 'ਚੋਂ ਤੁਹਾਡੇ 6 ਬੈਂਡ ਹੈਗੇ ਘੱਟੋ ਘੱਟ, ਤੁਸੀਂ ਇਸ ਓਪਰਚੁਨਿਟੀ ਨੂੰ ਅਵੇਲ ਕਰ ਸਕਦੇ ਹੋ, ਪੈਸੇ ਦਿਓਗੇ ਵੀਜ਼ਾ ਲੱਗਣ ਤੋਂ ਬਾਅਦ। ਉਹ ਸਭ ਤੋਂ ਖੂਬਸੂਰਤ ਗੱਲ ਪਤਾ ਕੀ ਹੈ, September 2022 ਦੇ ਇੰਟੇਕ ਦੀ ਗੱਲ ਕੀਤੀ ਜਾ ਰਹੀ ਹੈ, ਔਰ ਫਾਸਟ ਟਰੈਕ ਸਰਵਿਸ ਦੇਣ ਦਾ ਵਾਅਦਾ ਕਰਾਂਗਾ, ਜਿਹਦੇ 'ਚ ਤੁਹਾਨੂੰ 1 ਦਿਨ ਦੇ ਵਿੱਚ ਆਫ ਲੈਟਰ ਮਿਲੇਗੀ, 1 ਦਿਨ ਦੇ ਵਿੱਚ LOA ਮਿਲ ਜਾਏਗਾ, ਲੈਟਰ ਆਫ ਐਕਸੈਪਟੈਂਸ, ਔਰ 3ਜੇ ਦਿਨ ਫਾਈਲ ਲੱਗੇਗੀ ਐਮਬੈਸੀ 'ਚ। ਐਂਡ ਹੁਣ ਜੇ ਮੈਂ ਕਰੰਟ ਟਰੈਂਡ ਦੀ ਗੱਲ ਕਰਾਂ, ਤਕਰੀਬਨ 3 ਤੋਂ 5 ਵੀਕ ਦੇ ਵਿੱਚ ਰਿਜ਼ਲਟ ਆ ਰਿਹਾ। ਸੋ ਟੋਟਲ 30 ਦਿਨ ਤੋਂ ਲੈ ਕੇ 45 ਦਿਨ ਦੇ ਵਿੱਚ ਹੱਥ 'ਚ ਵੀਜ਼ਾ ਫੜਾਉਣ ਦਾ ਦਾਅਵਾ ਕਰ ਰਿਹਾ ਤੁਹਾਨੂੰ ਇਸ ਵੀਡੀਓ ਰਾਹੀਂ। ਪਰ ਸਾਡੀ ਸ਼ਰਤ ਕੀ ਹੈ, ਆਇਲਟਸ 6 ਬੈਂਡ ਈਚ ਹੋਣ, ਪੁਰਾਣੀ ਰਿਫਿਊਜ਼ਲ ਦੀ ਕਾਪੀ ਅਗਰ ਤੁਹਾਡੇ ਕੋਲ ਹੈ ਤਾਂ ਬਹੁਤ ਚੰਗੀ ਗੱਲ ਹੈ, ਅਦਰਵਾਈਜ਼ ਅਸੀਂ ਕੇਪਸ ਨੋਟ ਕਢਾਵਾਂਗੇ, ਕੈਨੇਡਾ ਦੇ ਇਮੀਗ੍ਰੇਸ਼ਨ ਲਾਇਰ ਥਰੂ ਜਿਹੜੇ ਸਾਡੇ RCAC ਮੈਂਬਰ ਬੈਠੇ ਨੇ ਉਹਨਾਂ ਥਰੂ ਫਾਈਲ ਕਢਾਵਾਂਗੇ ਤਾਂ ਟਾਈਮ ਲੱਗੇਗਾ।
आर एस गोबल के कोल जोड़े तीन दफ्तर ने कैनेडा के मिसीसागा एडमिंटन विनीपैग तिना दफ्तर जोड़े इमीग्रेसन माहिर वकील बैठे है वो तीन पुरानी रिफ्यूजल में प्रोपरली स्टडी करे कितने कमी रह गई फंड नहीं दिखा पाया नंबर घट सी कोर्स इरेलीवेंट से कितने की कमी से उस कमी को ध्यान न जांच परख करके उसकी फाइल में दोबारा दुरुस्त करके फाइल लाई जाऊगी एस ओ पी के नाल जस्टिफिकेशन दी जाएगी पुराने रिफ्यूजल की और जो एक आर सी ए सी मैंबर थ्रू एक इमीग्रेसन वकील थ्रू फाइल लगती है वैसे वीज़ा चांसिस तुहाडे वध जांदे आ और तुहाडा रुपये का रिस्क नहीं तुसी सारे पैसे वीज़ा लगन तो बाद देने बट यस अंबैसी फीस तुसी पे करनी जे जी ए सी नहीं पे किया या कढ़ा लिया वो तुसी पे करना मेडिकल का पैसा तुसी देना असी वो पैसे नहीं देने असी तुहाडी कॉलेज की फीस या जी ऑफलैट की फीस वो कोई चार्ज नहीं कर रहे अपनी कंपनी की कोई प्रोसैसिंग फीस पहला चार्ज नहीं कर रहे जिस दिन वीज़ा देवे उस दिन पैसे चार्ज करा पर अखीर फिर दोहरा दें कोई पैकेज प्रमोट नहीं किया जा रहा भी हम भी लेंगे पैसे वीज़ा लगने के बाद यहोजी कोई गल नहीं बस उन्होंने बच्चों जो निराश हो चुके हैं माँ प्यो द्वारा पैसे खर्चने तैयार नहीं उन्होंने बच्चों की जिंदगी एक द्वारा उम्मीद की किरण जगाने की कोशिश कर रहे हैं सिर्फ कॉलेज की फीस पे करनी और साड़ी कंपनी फीस पे करनी वीज़ा लगन तो बाद कोई 15 लाख का 20 लाख का पैकेज नहीं करना सो अगर इस ओपरचुनिटी अवेल करना चाहते हो कोई भी पढ़ाई डिप्लोमा एडवांस डिप्लोमा पी जी डिप्लोमा करना चाहते हो कॉमर्स बैकग्राउंड तो हो आर्ट्स बैकग्राउंड तो हो मैडिकल बैकग्राउंड तो हो हर तरह के डिप्लोमा जिवें फॉर एग्जाम्पल मैडिकल ऑफिस एडमिनिस्ट्रेशन का डिप्लोमा मैडिकल स्टूडेंट के लिए बिजनेस का डिप्लोमा कॉमर्स वाले बच्चों के लिए बीटेक वाले बच्चों के लिए प्रोजेक्ट मैनेजमेंट का डिप्लोमा आर्ट्स वाले बच्चों के लिए हॉस्पिटैलिटी डिप्लोमा सारे तरह की डिप्लोमा की ऑप्शन अवेलेबल है सो अंडर अगर 100% सफलता दर्ज नाल आर एस गोबल की इमीग्रेसन माहिर वकीलों की मदद लैके सितंबर 2022 के इंटेक पढ़न जाना चाहते हो तो 30 अप्रैल तो पहले अपनी एप्लीकेशन दर्ज करो ताकि सितंबर के इंटेक समय सिर वीज़ा लैके उत्थे पहुँचा जा सके उम्मीद करता वीडियो चंगी लगी होएगी अगर चंगी लगी है नीचे अपना फीडबैक दे दो कमेंट रूप दोस्तों तक शेयर कर दो ताकि मैं नवी वीडियो लैके फिर तुहाडे रूबरू हाजिर हो सकां तद तक जीउंदे वास्ते रब रखा सत श्री अकाल जी।